ਸਾਡੇ ਡੇਲੀ ਦੇ ਤਰੀਕੇ ਨਾਲ ਜਿਹੜੇ ਰੋਜ਼ਾਨਾ ਦੇ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਸਵੇਰੇ ਅਰਲੀ ਮਾਰਨਿੰਗ ਸ਼ਾਮ ਨੂੰ ਵੱਖ ਵੱਖ ਜਗ੍ਹਾ 'ਤੇ ਜਿਹੜੇ ਚੈਕਿੰਗ ਨਾਕੇ ਲਗਾਏ ਜਾਂਦੇ ਨੇ। ਕੱਲ੍ਹ ਸ਼ਾਮ ਨੂੰ ਪੱਟੀ ਪੁਲਿਸ ਪੱਟੀ ਦੇ ਵਿੱਚ ਆਸਲ ਚੌਂਕ ਹੈ, ਇੱਕ ਆਸਲ ਚੌਂਕ ਦੇ ਵਿੱਚ ਇੱਕ ਪਤਾ ਲੱਗਾ ਸੀ ਸਾਡੇ ASI ਹੀਰਾ ਸਿੰਘ ਜੋ ਡਿਊਟੀ 'ਤੇ ਸੀਗੇ ਵੀ ਉੱਥੇ ਕੋਈ ਲੋਕ ਹੁੱਲੜਬਾਜ਼ੀ ਕਰ ਰਹੇ ਨੇ ਮਾਰਕੀਟ ਦੇ ਵਿੱਚ, ਚੌਂਕ ਦੇ ਵਿੱਚ ਉੱਥੇ ਗਲਤ ਹਰਕਤ ਕਰ ਰਹੇ ਨੇ ਜਿਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਹੋ ਰਿਹਾ। ਸੋ ਸਮੇਰ ਪੁਲਿਸ ਪਾਰਟੀ ਉੱਥੇ ਮੌਕੇ 'ਤੇ ਗਏ, ਉੱਥੇ ਉਹ ਲੋਕਾਂ ਦੇ ਨਾਲ ਜਦੋਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਨੇ, ਦੋਨੋਂ ਜਣੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਦੇ ਨਾਲ ਬਦਤਮੀਜ਼ੀ ਕੀਤੀ, ਉਹਨਾਂ ਦੇ ਉੱਤੇ ਜਿਹੜਾ ਮਾਰ ਦੇਣ ਦੀ ਨੀਤ ਨਾਲ ਜਿਹੜਾ ਹੈਗਾ ਫਾਇਰ ਕੀਤਾ, ਜਿਹੜਾ ਕਿ ਸਾਡੇ ASI ਦੇ ਸਿਰ ਦੇ ਉੱਤੋਂ ਹੀ ਲੰਘ ਗਿਆ ਜਿਹਦੇ ਨਾਲ ਉਹਨਾਂ ਦਾ ਬਚਾਅ ਹੋ ਗਿਆ। ਉਹ ਦੋਨੋਂ ਬੰਦੇ ਬਾਅਦ 'ਚੋਂ ਉੱਥੇ ਪੁਲਿਸ ਪਾਰਟੀ ਦੀ ਮਦਦ ਨਾਲ ਉਹਨਾਂ ਨੇ ਕਾਬੂ ਕੀਤੇ, ਦੋਨਾਂ ਦੀ ਅਰੈਸਟ ਪੈ ਗਈ, ਕੇਸ ਰਜਿਸਟਰ ਹੋ ਚੁੱਕਾ ਹੈ, 307 ਦਾ ਪਰਚਾ ਦਰਜ ਕੀਤਾ ਹੈ ਦੋਨੋਂ ਜਣਿਆਂ 'ਤੇ। ਉਹ ਦੋਨੋਂ ਨਸ਼ੇ ਦੀ ਹਾਲਤ ਦੇ ਵਿੱਚ, ਕਾਫੀ ਜ਼ਿਆਦਾ ਸ਼ਰਾਬ ਉਹਨਾਂ ਨੇ ਪੀਤੀ ਹੋਈ ਸੀ, ਜਿਹਨਾਂ ਉਹਨਾਂ ਦੇ ਖਿਲਾਫ ਇਮੀਡੀਏਟਲੀ ਜਿਹੜਾ ਸੀ ਐਕਸ਼ਨ ਲਿਆ ਗਿਆ ਹੈਗਾ। ਇਸ ਤਰੀਕੇ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਜਗ੍ਹਾ 'ਤੇ ਜਿਹੜੀ ਬਦਤਮੀਜ਼ੀ, ਹੁੱਲੜਬਾਜ਼ੀ, ਬਦਮਾਸ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਸ ਤਰੀਕੇ ਦਾ ਜਿਹੜਾ ਹੈਗਾ ਤਰਨ ਤਾਰਨ ਪੁਲਿਸ ਵੱਲੋਂ ਹਮੇਸ਼ਾ ਹੀ ਜਿਹੜਾ ਪਬਲਿਕ ਦੇ ਵਿੱਚ ਮੈਸੇਜ ਸਾਡੇ ਵੱਖੋਂ ਵੱਲੋਂ ਦਿੱਤੇ ਜਾਂਦੇ ਰਹੇ ਨੇ। ਅਸੀਂ ਜਿਹੜੇ ਵੱਖ ਵੱਖ ਤਰੀਕੇ ਦੇ, ਚਾਹੇ ਉਹ ਸਟੂਡੈਂਟਸ ਦੀ ਕੋਈ ਪ੍ਰਧਾਨਗੀ ਦੇ ਹੋਣ ਕੇਸਿਸ ਹੋਣਗੇ ਜਾਂ ਕਿਸੇ ਵੀ ਜਗ੍ਹਾ 'ਤੇ ਬਾਜ਼ਾਰ ਦੇ ਵਿੱਚ ਕੋਈ ਚੈਕਿੰਗ ਦਾ ਹੈਗਾ, ਜਿੱਥੇ ਵੀ ਕੋਈ ਬਦਤਮੀਜ਼ੀ, ਬਦਮਾਸ਼ੀ ਕੀਤੀ ਜਾਂਦੀ ਹੈ ਕਿਸੇ ਵੀ ਮਾੜੇ ਅਨਸਰ ਦੁਆਰਾ, ਇਮੀਡੀਏਟਲੀ ਉੱਤੇ ਐਕਸ਼ਨ ਲਿਆ ਜਾਂਦਾ ਹੈ ਅਤੇ ਅਸੀਂ ਇਹੋ ਜਿਹੀ ਚੀਜ਼ ਜਿਹੜੀ ਹੈਗੀ ਆ ਨਹੀਂ ਟੋਲਰੇਟ ਕੀਤੀ। ਇਹ ਦੋਨੋਂ ਬੰਦੇ ਜਿਹੜਾ ਕੰਮ ਕਰ ਰਹੇ, ਇੱਕ ਸਰਵਿਸ ਦੇ ਵਿੱਚ ਹੈਗਾ ਬੰਦਾ ਕੰਮ ਕਰਦਾ, ਤੋ ਚੈੱਕ ਕਰ ਰਹੇ ਹੋ ਕਿਤੇ।